लड्डू दे चले लड्डू लड्डू मेरी गल सुनो असि कोई प्रोटेस्ट थोड़ा कर रहे हैं लड्डू नहीं खा रहे आलो लड्डू खाओ भाई लड्डू असली है लड्डू लड्डू नहीं कांग्रेस ने लड्डू नहीं है ਐਪਰੀਸ਼ੀਏਟ ਨਾ ਕਰੇ ਮੈਂ ਠੀਕ ਹੈ ਅਸੀਂ ਤਾਂ ਪੰਜਾਬ ਕਰਕੇ ਕਹਿ ਰਹੇ ਹੋਰ ਠੀਕ ਕਰ ਲੈਂਦੇ ਬਾਅਦ ਚੋਣ ਕਰ ਆਹ ਮੜਾ ਸਾਨੂੰ ਇੱਧਰ ਤੱਕ ਛਾਂ ਚਾ ਲੰਦੋ ਆਓ 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 ਵਰਿੰਦਰ ਢਿੱਲੋ ਯੂਥ ਕਾਂਗਰਸ ਦੇ ਪ੍ਰਧਾਨ ਨੇ पंजाब पहले नंबर ते आया मतलब टीचर का ही ध्यान देने आओ मैडम हम तो सामने इतने रोक के रखना एक मिनट हेलो बुला दो लड्डू हथा च लेके खुशी है देखो खुशी ਅਸੀਂ ਤਾਂ ਆਪਣਾ ਭਾਈ ਮਾਰਿਆ ਹੋਣ ਤਾਂ ਮਗਰ ਅੱਜ ਲੰਗੇ ਹੋਰ ਲੱਡੂ ਖਾਓ ਬੰਦ ਜਾਓ ਖਾਓ ਚਲੋ ਤੂੰ ਨਹੀਂ ਖਾਂਦਾ ਤੂੰ ਸਾਡਾ ਇਹ ਸਰਕਾਰੀ ਨਹੀਂ ਆ ਭਰਾਵਾਂ ਦਾ ਲੱਡੂ ਖਾ ਲਾ ਉਹ ਮੰਨ ਲੈ ਮੇਰਾ ਵੀਰ ਯਾਰ ਸਾਰੇ ਲਓ ਹਾਲੋ ਸਾਰੇ ਲਓ ਹਾਲੋ ਵੰਡੋ ਲੱਡੂ ਵੰਡੋ ਜਾਂ ਤੋਂ ਬੁਲਾ ਦੋ ਅਸੀਂ ਲੱਡੂ ਦੇ ਦਈਏ ਕਾਂਗਰਸ ਦੇ ਸਾਰੇ ਚੱਕਰ ਕੀ ਹੈ ਪਤਾ ਨਹੀਂ ਇਹਨਾਂ ਨੂੰ ਮਾ ਸਰਕਾਰੀ ਹੈ ਵਿਚਾਰੇ ਸੀਐਮ ਆਉਂਦੇ ਸਾਹਮਣੇ ਕੀ ਕਰਨਾ ਪੰਜਾਬ ਦੀ ਮਜਬੂਰੀ ਆ ਜੇਕਰ ਪੰਜਾਬ ਪਹਿਲੇ ਨੰਬਰ ਤੇ ਆਇਆ ਔਰ ਬੜੇ ਦੁੱਖ ਦੀ ਗੱਲ ਆ ਵੀ ਸਾਡੇ ਮੁੱਖ ਮੰਤਰੀ ਸਾਹਿਬ ਜੋ ਖੁਦ ਮਾਸਟਰ ਦੇ ਮੁੰਡੇ ਆ ਉਹ ਮਾਸਟਰਾਂ ਨੂੰ ਵੀ ਐਪਰੀਸ਼ੀਏਟ ਨਹੀਂ ਕਰ ਰਹੇ ਔਰ ਇਹਨਾਂ ਦੇ ਮੰਤਰੀ ਇਹ ਬਿਆਨ ਦੇ ਰਹੇ ਆ ਵੀ ਇਹ ਜਿਹੜਾ ਕੰਮ ਹੈ ਸਰਵੇ ਫੇਕ ਇਹਦਾ ਮਤਲਬ ਟੀਚਰਾਂ ਦੀ ਮਿਹਨਤ ਫੇਕ ਬੱਚਿਆਂ ਦੀ ਪੜ੍ਹਾਈ ਫੇਕ ਸਿਰਫ ਆਪਣੇ ਦਿੱਲੀ ਮਾਡਲ ਨੂੰ ਉਹ ਦਿਖਾਉਣ ਵਾਸਤੇ ਤੁਸੀਂ ਵੇਖੋ ਅਸੀਂ ਕੋਈ ਪ੍ਰੋਟੈਸਟ ਨਹੀਂ ਕਰਦੇ ਅਸੀਂ ਸਿਰਫ ਆ ਲੱਡੂ ਉਹਨਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਕਿਸੇ ਨੂੰ ਬੁਲਾ ਕੇ ਸਾਡੇ ਲੱਡੂ ਪਹੁੰਚਾ ਦਿਓ ਮੁੱਖ ਮੰਤਰੀ ਸਾਹਿਬ ਤੱਕ ਵੀ ਮੁੱਖ ਮੰਤਰੀ ਸਾਹਿਬ ਨੇ ਲੱਡੂ ਜਿਹੜੇ ਆ ਕਿਹੜੇ ਲੈ ਲੈ ਨੇ ਕੀ ਕਹਿੰਦੇ ਅਸੀਂ ਰਾਮ ਨਾਲ ਦੇਖੋ ਕੋਈ ਧਰਨਾ ਨਹੀਂ ਕਰ ਰਹੇ ਕੀ ਇਹ ਕੋਈ ਪ੍ਰਦਰਸ਼ਨ ਨਹੀਂ ਕਰ ਰਹੇ ਤੁਸੀਂ ਬੁਲਾ ਦਿਓ ਉਹਨਾਂ ਨੂੰ ਤੇ ਸਾਡੇ ਲੱਡੂ ਪਹੁੰਚਾ ਦਿਓ ਉਹਨਾਂ ਤੱਕ ਇਹ ਮਠਾਈ ਆ ਇਹ ਪੰਜਾਬ ਪਹਿਲੇ ਨੰਬਰ ਤੇ ਆਣ ਦੇ ਕਰਕੇ ਹੋਰ ਇਸ ਤੋਂ ਇਲਾਵਾ ਸਾਡਾ ਕੁਝ खुशी की गल होनी बंदा खुशी के डब्बे तो दे ही सकता असी तो अपना की कहते एक तरह तो खुशी प्रकट करना है इन्होंने सानू घेर लिया इतनी चलो साहब मुख्यमंत्री आ सिर्फ जाना जाने नहीं आए कोई बंदा आ जाए असी तो सिर्फ लड्डू उन्हां नूं पहुंचाण आए हैं भी खुशी की गल है देखो मसला मिठाई कदों दिंदा पर जदों कदे कोई चंगा सैलीब्रेट करने वाली चीज होवे जे पंजाब पहले नंबर ते आ गया इन्हां नूं सुफरी पैगी इन्हां नूं बिपता पैगी आ भी पंजाब पहले नंबर ते कित्थों आ गया सरकार इन्हां दी मुख्यमंत्री है इह थोड़ा भी जदों सरकारां होण उदों ही तुसीं बस उस चीज नूं एप्रीशिएट करना जे पिछली सरकार दी उपलब्धि आ जे नहीं मानदे घट्टो घट्ट नैशनल सर्वे आ उहनूं मन्नो ਬੜੇ ਮੰਦਭਾਗੀ ਗੱਲ ਆ ਤੁਹਾਨੂੰ ਕੀ ਰਹਿੰਦਾ ਕਿੰਨੂੰ ਸਮਝਦੇ ਸੀਗੇ ਪਹਿਲੇ ਨੰਬਰ ਤੇ ਕਿੰਨੂੰ ਆਉਣਾ ਚਾਹੀਦਾ ਸੀਗਾ ਇਹਨਾਂ ਨੂੰ ਤਾਂ ਦਿੱਲੀ ਤੋਂ ਇਲਾਵਾ ਦਿਖਦਾ ਹੀ ਕੁਛ ਨਹੀਂ ਇਹਨਾਂ ਨੂੰ ਦਿੱਲੀ ਤੋਂ ਇਲਾਵਾ ਦਿੱਲੀ ਮਾਡਲ ਨੂੰ ਬਚਾਣ ਕਰਕੇ ਅੱਜ ਇਹ ਪ੍ਰੋਬਲਮ ਆਈ ਨਾ ਸਾਡੀ ਇਸ ਤੋਂ ਇਲਾਵਾ ਕੋਈ ਪ੍ਰੋਬਲਮ ਨਹੀਂ ਤੌਰ ਤੇ ਕੀ ਮਤਲਬ ਆਈਡੀਆ ਹੋਵੇ ਕਿ ਦਿੱਲੀ ਟਰੈਕਟਰ ਲੈ ਕੇ ਪਹੁੰਚ ਜਾਣਗੇ ਤੇ ਲੱਡੂ ਲੈ ਕੇ ਪਹੁੰਚ ਜਾਣਗੇ ਆਈਡੀਆ ਕੀ ਹੋਵੇ ਨਹੀਂ ਨਹੀਂ ਸੱਚੀ ਗੱਲ ਤਾਂ ਇਹ ਕੋਈ ਸੋਚਣ ਵਿਚਾਰਾਂ ਦੀ ਲੋੜ ਨਹੀਂ ਸੋਚ ਸੱਚੀ ਰੱਖੋ ਪਹਿਲੇ ਨੰਬਰ ਤੇ ਇੱਕ ਚੀਜ਼ ਆਈ ਹੋਵੇ ਉਹਨੂੰ ਸੈਲੀਬ੍ਰੇਟ ਕਰੀਦਾ ਤੁਸੀਂ ਸਟੇਟ ਨੂੰ ਸੈਲੀਬ੍ਰੇਟ ਕਰਨ ਦੀ ਬਜਾਏ ਤੁਸੀਂ ਆਪਣਾ ਕੀ ਕਹਿੰਦੇ ਆਰਾਮ ਨਾਲ ਆਪਣਾ ਅੰਦਰਾਂ ਘਰਾਂ ਚ ਵੜ ਕੇ ਬਹਿ ਗਏ ਯਾਰ ਉਲਟਾ ਉਹਨੂੰ ਜਾਲੀ ਦੱਸ ਰਹੇ ਜੀ
ਤੁਸੀਂ ਮਾਸਟਰ ਦਾ ਮੁੰਡਾ ਹੋਵੇ ਮੁੱਖ ਮੰਤਰੀ ਤੇ ਮਾਸਟਰ ਦੇ ਸਕੂਲਾਂ ਦੇ ਮਾਸਟਰਾਂ ਨੂੰ ਹੀ ਲੱਡੂ ਖਵਾ ਦਿੰਦਾ ਵੀ ਨਹੀਂ ਯਾਰ ਤੁਸੀਂ ਮਿਹਨਤ ਕੀਤੀ ਚਲੋ ਸਾਨੂੰ ਤਾਂ ਇਹਨਾਂ ਨੇ ਕੁਛ ਨਾ ਹੀ ਕੁਛ ਨਾ ਅਫਸਰਾਂ ਨੂੰ ਇੱਕ ਸ਼ਲਾਘਾ ਕਰ ਦਿੰਦੇ ਲੇਕਿਨ ਉਹ ਵੀ ਨਹੀਂ ਕਰਦੇ ਹੁਣ ਵੀ ਕਿਸੇ ਨਾਲ ਸਿੱਖਿਆ ਮੰਤਰੀ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹ ਵੀ ਝੂਠੀ ਹੈ ਇਹਨੂੰ ਕਿਵੇਂ ਦੇਖ ਰਹੇ ਇੱਕ ਡੱਬਾ ਲੱਡੂਆਂ ਦਾ ਉਹਨਾਂ ਦੇ ਘਰ ਵੀ ਦੇ ਕੇ ਜਾਣਾ ਹੁਣ ਜਾਂਦੇ ਹੋਏ ਇੱਕ ਡੱਬਾ ਉਹਨਾਂ ਵਾਸਤੇ ਰੱਖਿਆ ਇੱਕ ਉਹਨਾਂ ਵੀ ਦੇ ਕੇ ਜਾਵਾਂਗੇ ਵੀ ਘੱਟੋ ਘੱਟ ਤੁਸੀਂ ਮਾਸਟਰਾਂ ਨੂੰ ਦੇ ਦਿਓ ਬੜੇ ਮੰਦਭਾਗੀ ਗੱਲ ਆ ਬੜੇ ਦੁੱਖ ਦੀ ਗੱਲ ਆ ਔਰ ਇਹ ਸਾਰੇ ਅਸੀਂ ਪੰਜਾਬ ਚ ਕਰਨਾ ਵੈਸੇ ਇੱਕ ਗੱਲ ਦੇਖੀ ਜਦੋਂ ਦਿੱਲੀ ਦੌਰੇ ਤੇ ਗਏ ਸੀ ਉਦੋਂ ਜਿਹੜੇ ਮਨੀਸ਼ ਸੋਢੀਆ ਨੇ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਸੀ ਕਿ ਪੰਜਾਬ ਦੇ ਜਿਹੜੇ ਸੌਰੀ ਦਿੱਲੀ ਦੇ ਸਮਾਰਟ ਸਕੂਲ ਨੇ ਉਹ ਮੈਰੀਟੋਰੀਅਸ ਸਕੂਲ ਦੇ ਤਰਜ ਦੇ ਬਣੇ ਨੇ ਦੇਖੋ ਇਹੀ ਇਹਨਾਂ ਦੀ ਪ੍ਰੋਬਲਮ ਆ ਕਿਉਂਕਿ ਦਿੱਲੀ ਜਿਹੜਾ ਥੱਲੇ ਆ ਗਿਆ ਔਰ ਪੰਜਾਬ ਉੱਪਰ ਆ ਗਿਆ ਇਹਨਾਂ ਦਾ ਸਾਰਾ ਪ੍ਰੋਪਗੈਂਡਾ ਫੇਲ ਹੋ ਗਿਆ ਇਸ ਕਰਕੇ ਨਾ ਇੱਕ ਟਵੀਟ ਕਰ ਰਹੇ ਆ ਉਹੀ ਇਹੀ ਉਹ ਦਿੱਲੀ ਸਰਕਾਰ ਆ ਜਿਹੜਾ ਇੱਕ ਸਰਵੇ ਆਇਆ ਸੀਗਾ ਪਾਵਰ ਪਰਚੇਜ਼ ਵਾਲਾ ਜੀ ਤੇ ਇਹਨਾਂ ਨੇ ਕਿੰਨਾ ਉਹਨੂੰ ਦੇਸ਼ ਸੈਲੀਬ੍ਰੇਟ ਕੀਤਾ ਸੀ ਵੀ ਕਿੱਥੇ ਕਿੱਥੇ ਜਾ ਕੇ ਅੱਜ ਇਹ ਉਹਨਾਂ ਕਿ ਵੀ ਨਹੀਂ ਕਰ ਰਹੇ ਦੇਖੋ ਅਸੀਂ ਫਿਰ ਬੇਨਤੀ ਕਰਦੇ ਆ ਸਾਡਾ ਕੋਈ ਧਰਨਾ ਕਰਨ ਦਾ ਮਨਸ਼ਾ ਨਹੀਂ ਜੇ ਸਾਨੂੰ ਉੱਥੇ ਜਾਣ ਨੂੰ 1 ਮਿੰਟ ਸਾਨੂੰ ਤੁਹਾਨੂੰ ਮਲਾਜ਼ਮ ਵੀ ਮਗਰ ਹਟ ਗਿਆ ਸੀ ਉੱਥੇ ਜਾ ਕੇ ਬਹਿਣ ਵੀ ਸਾਡੀ ਮਨਸ਼ਾ ਨਹੀਂ ਲੇਕਿਨ ਘੱਟੋ ਘੱਟ ਇਸ ਚੀਜ਼ ਨੂੰ ਤੁਸੀਂ ਰੈਕੋਗਨਾਈਜ਼ ਤਾਂ ਕਰੋ ਇਹਨਾਂ ਸਭ ਇਹ ਮੰਨਦੇ ਨੇ ਕਿ ਜਿਹੜਾ ਮੰਤਰੀ ਪਦ ਜਿਹੜਾ ਉਹ ਦਿੱਲੀੋਂ ਪੰਜਾਬ ਵਾਲਾ ਜਿਹਦੇ ਸਕੂਲਾਂ ਨੂੰ ਦੇਖਣ ਲਈ ਕਿਉਂਕਿ ਪੰਜਾਬ ਨੰਬਰ 1 ਤੇ ਆ ਗਿਆ ਦੇਖੋ ਇਹਨਾਂ ਨੂੰ ਇਹੀ ਤਕਲੀਫ ਆ ਵੀ ਪੰਜਾਬ ਦਿੱਲੀ ਤੋਂ ਉੱਪਰ ਕਿਵੇਂ ਆ ਗਿਆ ਤਾਂ ਇਹਨਾਂ ਦਾ ਜਿਹੜਾ ਮਾਡਲ ਸੀਗਾ ਉਹ ਫੇਲ ਹੋ ਗਿਆ ਅੱਜ ਨਹੀਂ ਤੇ ਉਹਨਾਂ ਦੇ ਮੰਤਰੀ ਇੱਥੇ ਆਣੇ ਚਾਹੀਦੇ ਹੁਣ ਦੇਖਣ ਨੂੰ ਅਫਸਰ ਇੱਥੇ ਆਣੇ ਚਾਹੀਦੇ ਅੱਜ ਇਹ ਜਿਹੜਾ ਡਰਾਮਾ ਕਰ ਰਹੇ ਸੀ ਉੱਥੇ ਜਾਣ ਦੀ ਪੰਜਾਬ ਦੂਰ ਜਾਣ ਦੀ ਲੋੜ ਹੀ ਨਹੀਂ ਜਾ ਕੇ ਪੰਜਾਬ ਦੇ ਸਕੂਲ ਵੇਖ ਲੈਂਦੇ ਇਹ ਪਿਛਲੀ ਸਰਕਾਰ ਦੇ ਵਿੱਚ ਇਹਨਾਂ ਨੇ 네ਗੇਟਿਵਿਟੀ ਇੰਨੀ ਫੈਲਾਤੀ ਔਰ ਜਿਹਦੇ ਕਰਕੇ ਅੱਜ ਇਹ ਨਤੀਜੇ ਆ ਵੀ ਅੱਜ ਸਰਵੇਆਂ ਦੇ ਵਿੱਚ ਅੱਜ ਇਹਨਾਂ ਦੇ ਅਫਸਰਾਂ ਦੇ ਵਿੱਚ ਅੱਜ ਇਹਨਾਂ ਨੂੰ ਆਪਣੇ ਕਹਿੰਦੇ ਸੁਸਰੀ ਪੈ ਗਈ ਇਸ ਗੱਲ ਦੇ ਉੱਤੇ ਜਿਹੜੇ ਹਰ ਛੋਟੀ ਤੋਂ ਛੋਟੀ ਗੱਲ ਤੇ ਟਵੀਟ ਕਰਦੇ ਆ ਹਰ ਛੋਟੀ ਤੋਂ ਛੋਟੀ ਗੱਲ ਨੂੰ ਸੈਲੀਬ੍ਰੇਟ ਕਰਦੇ ਆ ਇੱਕ ਇੱਕ ਕਿਤੇ ਕਿਤੇ ਕੋਈ ਆਪਣਾ ਪਟਵਾਰੀ ਵੀ ਫੜ ਲੈਣ ਤੇ ਉਹਦਾ ਵੀ ਜਾ ਕੇ ਗੁਜਰਾਤ ਤੱਕ ਪ੍ਰਚਾਰ ਕਰਦੇ ਆ ਵੀ ਅਸੀਂ ਇੱਥੇ ਕਰਪਸ਼ਨ ਖਤਮ ਕਰਦੇ ਅੱਜ ਤੱਕ ਪੰਜਾਬ ਪਹਿਲੇ ਨੰਬਰ ਤੇ ਆਇਆ ਤੁਹਾਨੂੰ ਕਾਹਦੀ ਤਕਲੀਫ ਆ ਤੁਸੀਂ ਸਾਰੀ ਦੁਨੀਆ ਦੇ ਵਿੱਚ ਕਿਉਂ ਇਸ ਚੀਜ਼ ਨੂੰ ਸੈਲੀਬ੍ਰੇਟ ਨਹੀਂ ਕਰਦੇ ਵੀ ਪੰਜਾਬ ਦਾ ਸਿੱਖਿਆ ਦਾ ਢਾਂਚਾ ਬਾਕੀ ਸੂਬਿਆਂ ਨਾਲੋਂ ਵਧੀਆ ਬਹੁਤ ਕਮੀਆਂ ਵਾ ਸੂਬਿਆਂ ਦੇ ਵਿੱਚ ਬੜੀ ਕਮੀਆਂ ਵਾ ਆਪਣੇ ਵੀ ਸਿੱਖਿਆ ਢਾਂਚੇ ਦੇ ਵਿੱਚ ਲੇਕਿਨ ਬਾਕੀ ਦੇਸ਼ ਨਾਲੋਂ ਵਧੀਆ ਔਰ ਉਸ ਤੋਂ ਵੱਡੀ ਗੱਲ ਦਿੱਲੀ ਨਾਲੋਂ ਜ਼ਿਆਦਾ ਵਧੀਆ ਇਹੀ ਇਹਨਾਂ ਨੂੰ ਸਮਝਾਉਣਾ ਚਾਹੁੰਦੇ ਆ ਵੀ ਪੰਜਾਬ ਨੂੰ ਬਦਨਾਮ ਨਾ ਕਰੋ ਤੁਸੀਂ ਰਾਜਨੀਤਿਕ ਤੌਰ ਤੇ ਬਦਨਾਮ ਕਰਨਾ ਕਰੋ ਲੇਕਿਨ ਘੱਟੋ ਘੱਟ ਪੰਜਾਬ ਨੂੰ ਬਦਨਾਮ ਨਾ ਮਤਲਬ ਕੈਪਟਨ ਅਮਰਿੰਦਰ ਸਿੰਘ ਕੋਲ ਜਾਵਾਂਗੇ ਕਿਉਂਕਿ ਅਸਲੀ ਹੱਕਦਾਰ ਤਾਂ ਵਧਾਈ ਦੇ ਹੋਈ ਆ ਉਹਨਾਂ ਕੋਲ ਜਾਏਗਾ ਜਾਉਂਗੇ ਲੱਡੂ ਲੈ ਕੇ ਮੈਂ ਕਹਿੰਦਾ ਹਰੇਕ ਕੋਲ ਜਾਣਾ ਚਾਹੀਦਾ ਇਹ ਦਾ ਅਸਲੀ ਹੱਕਦਾਰ ਟੀਚਰ ਆ ਅਸਲੀ ਹੱਕਦਾਰ ਸਟੂਡੈਂਟਸ ਆ ਅਸਲੀ ਹੱਕਦਾਰ ਉਹ ਮਾਸਟਰ ਆ ਜਿਹੜੇ ਦਿਨ ਰਾਤ ਮਿਹਨਤ ਕਰਦੇ ਆ ਸਿਆਸੀ ਬੰਦਿਆਂ ਦੀ ਮਿਹਨਤ ਬਾਅਦ ਦੀ ਗੱਲ ਆ ਔਰ ਇਹੀ ਇਹਨਾਂ ਨੂੰ ਸਮਝਾਉਣਾ ਚਾਹੁੰਦਾ ਸਿਆਸੀ ਮਿਹਨਤ ਨਹੀਂ ਆ ਤੁਹਾਡੀ ਕੋਈ ਵੱਖਰੀ ਵੱਖਰੀ ਸੋਚ ਨਹੀਂ ਸੀ ਜੇ ਜੋ ਸੋਚ ਆ ਇਹ ਉਹ ਮਾਸਟਰਾਂ ਦੀ ਮਿਹਨਤ ਆ ਇਹ ਉਹ ਟੀਚਰਾਂ ਦੀ ਮਿਹਨਤ ਆ ਇਹ ਅੱਜ ਅਗਰ ਪੰਜਾਬ ਦੇ ਵਿੱਚ ਅਗਰ ਪੰਜਾਬ ਸੁਰੱਖਿਅਤ ਆ ਤੇ ਉਹ ਭਗਵੰਤ ਮਾਨ ਦੀ ਨਹੀਂ ਉਹ ਇਹੋ ਜਿਹੇ ਮੁਲਾਜ਼ਮਾਂ ਦੀ ਮਿਹਨਤ ਆ ਜਿਹੜੇ ਦਿਨ ਰਾਤ ਡਿਊਟੀ ਕਰਕੇ ਅੱਜ ਭਗਵੰਤ ਮਾਨ ਨੂੰ ਨਹੀਂ ਪਤਾ ਲੇਕਿਨ ਇਹ ਸਾਡੇ ਨਾਲ ਵੇਖੋ ਵਿਚਾਰੇ ਖੈਪੜ ਦੇ ਸਾਡਾ ਲੱਡੂ ਤੱਕ ਨਹੀਂ ਖਾਂਦੇ ਬਾਈ ਜੀ ਇਹਨਾਂ ਦੀ ਮਜਬੂਰੀਆਂ ਵਾ ਸਾਰੇ ਨਹੀਂ ਫਿਰ ਅਸੀਂ ਮਾਮਲਾ ਇੱਥੇ ਵੀ ਕਰਦੇ ਹੋ ਸਕਦੇ ਹਾਂ ਮਾਮਲਾ ਇੱਥੇ ਦਰਜ ਹੋ ਸਕਦਾ ਉੱਥੇ ਹੀ ਹੋਇਆ ਸੀ ਦੇਖੋ ਮਾਮਲੇ ਦਰਜ ਤਾਂ ਹੋਣੇ ਆ ਸਾਡੇ ਤੇ ਅਸੀਂ 5 ਸਾਲਾਂ ਦੇ ਵਿੱਚ ਟੀਚਾ ਲਾ ਕੇ ਰੱਖਿਆ ਵੀ ਸਾਡੇ ਤੇ ਘੱਟੋ ਘੱਟ 100-150 ਮੁਕਦਮਾ ਦਰਜ ਹੋਣਾ ਮਾਮਲਿਆਂ ਦੀ ਕੋਈ ਮਸਲਾ ਨਹੀਂ ਹੈਗਾ ਦਰਜ ਹੋਣ ਦਾ ਅਸੀਂ ਕੋਈ ਗਲਤ ਕੰਮ ਨਹੀਂ ਕਰ ਰਹੇ ਅਸੀਂ ਕੋਈ ਇਹ ਕਹਿਣਗੇ 4 ਬੰਦੇ ਰਹਿ ਜਾਣ ਅਸੀਂ 4 ਰਹਿ ਜਾਾਂਗੇ ਹੁਣ ਡੱਬੇ ਹੀ ਇੰਨੇ ਆ ਲੱਡੂ ਹੀ ਇੰਨੇ ਜ਼ਿਆਦਾ ਬੰਦੇ ਥੋੜੇ ਵੱਧ ਚਾਹੀਦੇ ਸੀ ਕਿਉਂਕਿ ਮਸਲਾ ਘੱਟੋ ਘੱਟ ਮਾਸਟਰ ਦਾ ਘੱਟੋ ਘੱਟ ਚੰਡੀਗੜ੍ਹ ਦੇ ਅਫਸਰਾਂ ਤੱਕ ਤਾਂ ਪਹੁੰਚਣ ਲੱਡੂ ਇੱਕ ਗੱਲ ਹੋਰ ਹੈ ਕੋਵਿਡ ਦਾ ਸਮਾਂ ਚੱਲ ਰਿਹਾ ਹੈ ਜਦੋਂ ਇਹ ਬੰਨ ਆਇਆ ਪਰ ਲਗਾਤਾਰ ਟੀਚਰਾਂ ਦੇ ਉੱਤੇ ਉਸੇ ਤਰ੍ਹਾਂ ਹੀ ਪਹਿਲਾਂ ਵੀ ਜਿਸ ਤਰੀਕੇ ਨਾਲ ਤੱਕੇਸ਼ਾਹੀ ਹੁੰਦੀ ਰਹੀ ਤੁਹਾਡੀਆਂ ਸਰਕਾਰਾਂ ਸਮੇਂ ਟੀਚਰਾਂ ਦੀ ਕਿਉਂ ਨਹੀਂ ਕਦਰ ਕੋਈ ਸਰਕਾਰ ਕਰਦੀ ਦੇਖੋ ਕਮੀਆਂ ਹੈਗੀਆਂ ਸਰਕਾਰਾਂ 'ਚ ਤਾਂ ਹੀ ਸਾਨੂੰ ਲੋਕਾਂ ਨੇ ਬਾਹਰ ਬਿਠਾਤਾ ਜੇ ਸਾਡੀ ਸਰਕਾਰ 'ਚ ਦਰੁਸਤ ਹੁੰਦੀ ਤਾਂ ਸ਼ਾਇਦ ਲੋਕੀ ਨਾ ਬਾਹਰ ਬਿਠਾਉਂਦੇ ਕਿਤੇ ਨਾ ਕਿਤੇ ਕਮੀ ਤਾਂ ਸੀਗੀ ਨਾ ਸੋ ਉਹ ਕਮੀਆਂ ਨੂੰ ਹੀ ਅੱਜ ਅਸੀਂ ਕਹਿ ਰਹੇ ਆ ਵੀ ਅੱਜ ਇਹ ਉਸ ਰਾਹ ਤੇ ਚੱਲ ਕੇ ਬਸ ਦਿੱਲੀ ਦੇ ਆਪਣੇ ਮਾਸਟਰਾਂ ਨੂੰ ਖੁਸ਼ ਕਰਨ ਨੂੰ ਦਿੱਲੀ ਇਹ ਪੰਜਾਬ ਦੇ ਮਾਸਟਰਾਂ ਨੂੰ ਖੁਸ਼ ਨਹੀਂ ਕਰਦੇ ਦਿੱਲੀ 'ਚ ਜਿਹੜਾ ਇਹਨਾਂ ਦਾ ਮਾਸਟਰ ਬੈਠਾ ਅਰਵਿੰਦ ਕੇਜਰੀਵਾਲ ਇਹ ਉਹਨੂੰ ਖੁਸ਼ ਕਰਨ ਨੂੰ ਇੱਕ ਟਵੀਟ ਇੱਕ ਇਸ਼ਤਿਹਾਰ ਇੱਥੋਂ ਤੱਕ ਵੀ ਤੁਸੀਂ ਇਹ ਲਾ ਲਓ ਵੀ ਇਹਨਾਂ ਨੇ ਮਾਸਟਰਾਂ ਨੂੰ ਵੀ ਮਤਲਬ ਮੈਂ ਕਹਿੰਦਾ ਵੀ ਹੈਰਾਨਗੀ ਗੱਲ ਆ ਬੰਦਾ ਕਵੇ ਯਾਰ ਪੰਜਾਬ ਪਹਿਲੇ ਨੰਬਰ ਤੇ ਆਇਆ ਜਿਵੇਂ ਮੈਂ ਪਹਿਲਾਂ ਕਹ ਰਿਹਾ ਕਿ ਪਟਵਾਰੀ ਫੜਦੇ ਆ ਮਾਨਸੇ ਦੇ ਵਿੱਚ ਤੇ ਉਹਦਾ ਜਾ ਕੇ ਪ੍ਰਚਾਰ ਗੁਜਰਾਤ ਤੱਕ ਕਰਦੇ ਆ ਇੱਥੇ ਪੰਜਾਬ ਪਹਿਲੇ ਨੰਬਰ ਤੇ ਆਇਆ ਤੇ ਉਹਦਾ ਪ੍ਰਚਾਰ ਕਰਨ ਦੀ ਬਜਾਏ ਕਿਸੇ ਨੂੰ ਵਧਾਈ ਤੱਕ ਨਹੀਂ ਦਿੱਤੀ ਤਾਂ ਕਰਕੇ ਮੈਂ ਸ਼ਬਦ ਨਹੀਂ ਯੂਜ਼ ਕਰਨਾ ਚਾਹੁੰਦਾ ਲੇਕਿਨ ਕਹਿੰਦਾ ਵਾਂ ਇਹ ਬਸ਼ਰਮਾ ਨੂੰ ਸ਼ਰਮ ਆਣੀ ਚਾਹੀਦੀ ਵੈਸੇ ਗੱਲ ਹੈ ਕੋਵਿਡ ਦਾ ਸਮਾਂ ਸੀਗਾ ਕੋਵਿਡ ਦੇ ਸਮੇਂ ਦੇ ਵਿੱਚ ਬੱਚੇ ਘਰੋਂ ਪੜ ਰਹੇ ਸੀਗੇ ਤਾਂ ਵੀ ਬੱਚੇ ਪੰਜਾਬ ਦੇ ਫਸਟ ਆਏ ਨੇ ਰਿਜ਼ਲਟ ਫਸਟ ਆਇਆ ਦੇਖੋ ਇਹ ਕੱਲਾ ਰਿਜ਼ਲਟ ਦਾ ਹੀ ਬੇਸ ਨਹੀਂ ਆ ਇਨਫਰਾਸਟ੍ਰਕਚਰ ਆ ਜੀ ਪੰਜਾਬ ਨੇ ਜਿਹੜੀ ਇਨਫਰਾਸਟ੍ਰਕਚਰ ਦੇ ਵਿੱਚ
क्योंकि पंजाब दे स्कूल भी ज्यादा लेकिन जिहड़ी इंफ्रास्ट्रक्चर दे विच पिछले समय दे विच जिहड़ी इंफ्रास्ट्रक्चर डिवेलप होया सरकारी स्कूलां च स्मार्ट स्कूल बने आ स्मार्ट क्लासरूम आए आ ओह पंजाब दे लोकां दी अपना की कहिंदे जिहड़ी भावनावां सीगियां उहनूं सही तरीके नाल प्रगट करते हुए जिहड़ा मास्टरां ने बच्चियां ने अफसरां ने मेहनत करके उत्थे तक लैके आंदा घट्टो घट उहनूं अप्रीशिएट तां करन लड्डूआं दे डब्बियां च सीएम हाउस पहुंचे होर कित्थे कित्थे जाणगे इस तो बाद ये सारे इन्हां दे एमएलए तक जाणगे जिहड़े दिल्ली मॉडल दा प्रचार करदे सी ये सारे इन्हां दे मंत्रियां तक पहुंचावांगे और इन्हां नूं कहांगे वी घट्टो घट अपनी आपस की राजनीति और अपने मास्टर नूं खुश करन नूं इन्हां दा मास्टर दिल्ली वाले आ जिहड़े इन्हां दे दिल्ली दे मास्टर आ अरविंद केजरीवाल जी उन्हूं खुश करन करके इन्ना डर के ना रहा करो पंजाब की जिथे गल आवे उत्थे हिक डाह के उत्थे हिक ठोक के खड़िया करो और यही साड़ी इन्हां ते अपील अरविंद केजरीवाल नूं वधाई देण पहुंचो किन्नू अरविंद केजरीवाल तक लब्भ जाणगे नहीं नहीं उदों तां दूर ही रहिए ठीक कम उहदा पता नहीं उत्थे की को करदे उहदा कम अज तुसीं वेखो एक बच्चे दे उत्ते वेस्ट बंगाल ते परचा करदा खड़ी करदा 20 साल दा जवाक आ उहदे ते परचा इत्थों पंजाब पुलिस ने करता उत्थे तक मतलब ये अरविंद केजरीवाल तो पंजाब दे विच एक तरह तो मुगलों वांगू जिवें मुगल आंदे सीगे लुट के लै जांदे सीगे अरविंद केजरीवाल तो उही मॉडल आ उही मुगल मॉडल आए दा जिहदे विच आ सब कुछ कर रहे कैप्टन अमरिंदर सिंह कह रहे कहिंदा मैं लिस्ट दे के जानी है भगवंत मान नूं जिहड़े करप्शन 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 नेता ने खास बिल्कुल बिल्कुल देनी चाहीदी आ मैं कहिंदा वधिया गंद साफ होवे जिथे भी कितें गंद जिन्ने पाया साफ होना चाहिए कुछ ना कुछ कांग्रेसी नेतावां दा कहिंदा भावें कांग्रेसी भी होवे जे गंद पाया ते ओह साफ होना चाहिए मैं कहिंदा की पता तुहाडा होवे तुसीं मीडिया वाले नाल ओह तुहाडे नाल भी दे सकदा कहिंदे ओह मैं कहिंदा जिन्ने तुहानूं सैक्रेटेरिएट चाह पीते जी अजकल नहीं मिलदी सैक्रेटेरिएट भी एंट्री पाता जा रहे पर लभदा कोई नहीं तुहानूं उत्थे तुहाडे नाल गल नहीं करदे ਉਹ ਪਰਮਿਸ਼ਨ ਲੈਂਦੇ ਆ WhatsApp ਤੇ ਦਿੱਲੀ ਪਹਿਲੋਂ ਭੇਜਦੇ ਆ ਵੀ ਕੀ ਅਸੀਂ ਗੱਲ ਕਰ ਸਕਦੇ ਆ ਸੋ ਮੇਰਾ ਸਿਰਫ ਇਹ ਕਹਿਣ ਦਾ ਮਤਲਬ ਆ ਵੀ ਬਿਲਕੁਲ ਗੰਦ ਜਿਹੜਾ ਵਾ ਸਾਫ ਹੋਣਾ ਚਾਹੀਦਾ ਜਿਹੜਾ ਵੀ ਮਰਜ਼ੀ ਆ ਕੋਈ ਤੁਸੀਂ ਉਹ ਮੈਂ ਆ ਜਿਹੜਾ ਮਰਜ਼ੀ ਹੋਵੇ ਜਿਨ੍ਹਾਂ ਨੇ ਗਲਤ ਕੰਮ ਕੀਤਾ ਉਹਦਾ ਨਾਮ ਦੇਣ ਸਬੂਤ ਨਾਲ ਦੇਣ ਲੇਕਿਨ ਕ੍ਰੈਡੀਬਿਲਟੀ ਦੇ ਇਹ ਨਹੀਂ ਵੀ ਜਿਨ੍ਹਾਂ ਨੇ ਉਹਨਾਂ ਨੂੰ ਠੋਕਿਆ ਉਹਨਾਂ ਦੇ ਨਾਮ ਦੇ ਦੇਣ ਜਿਨ੍ਹਾਂ ਨੇ ਉਹਨਾਂ ਨੂੰ ਕੁਰਸੀ ਤੋਂ ਲਾਇਆ ਉਹਨਾਂ ਦੇ ਨਾਮ ਦੇ ਦੇਣ ਨਾਮ ਦੇਣਾ ਤਾਂ ਪਹਿਲਾਂ ਆਪਣੇ ਸੱਜੇ ਹੱਥ ਵੇਖ ਰਹੇ ਜਿਹੜਾ ਗੱਡੀ ਚਲਾਉਂਦਾ ਉਹਦਾ ਨਾਮ ਦੇਣ ਅੱਜ ਕੱਲ ਫਾਰਮ ਹਾਊਸਾਂ ਦੀ ਕਾਫੀ ਚਰਚਾ ਕਹਿੰਦੇ ਫਾਰਮ ਹਾਊਸ ਜਿਹੜੇ ਨਜਾਇਜ਼ ਬਣੇ ਹੋਏ ਆ ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖ ਰਹੇ ਹੋ ਸਿਸਮਾ ਦੀ ਵੀ ਕਾਫੀ ਚਰਚਾ ਹੋ ਰਹੀ ਹੈ ਦੇਖੋ ਤੁਸੀਂ ਸਾਰਾ ਕੁਝ ਮੇਰੇ ਤੋਂ ਨਾ ਪੁੱਛੋ ਮੈਂ ਤਾਂ ਅੱਜ ਮਸਾ ਰਾਜਾ ਬੜਿੰਗ ਜੀ ਤੋਂ ਵੀ ਆਪਣਾ ਕਹਿੰਦੇ 3000 ਰੁਪਏ ਉਧਾਰਾ ਲਿੱਤਾ ਉਹਨਾਂ ਤੋਂ ਉਹਨਾਂ ਨੇ ਵੀ ਕਿਹਾ ਵੀ ਲੱਡੂ ਅੱਜ ਤੁਸੀਂ ਵੀ ਯੋਗਦਾਨ ਪਾਓ ਮਨਪ੍ਰੀਤ ਬਦਲ ਗਿਆ ਵਾ ਅੱਜ ਕੱਲ ਭਾਈ ਹੁਣ ਤੁਸੀਂ ਸਾਰਾ ਕੁਝ ਮੇਰੇ ਤੋਂ ਨਾ ਪੁੱਛੋ ਹੁਣ ਤੁਸੀਂ ਇਹਨਾਂ ਤੋਂ ਪੁੱਛੋ ਖਜ਼ਾਨਾ ਖਜ਼ਾਨਾ ਭਾਈ ਜਾਣ ਦੇਣਾ ਅੱਗੇ ਕਿ ਨਹੀਂ ਕੀ ਕਰੇ ਲੱਡੂ ਕੋਈ ਲੈ ਜਾਏ ਤੇ ਲੱਡੂ ਆ ਗਏ ਸਰ ਫੋਟੋ ਕਰ ਦੋ ਤੇ ਫਿਰ ਅਸੀਂ ਅੱਗੇ ਚੱਲੀਏ ਮੈਂ ਮਾਈ ਕੱਟਾ ਦਾਂ ਇੱਕ ਵਾਰੀ ਫੋਟੋ ਕਰ ਲਈਏ ਇੱਕ ਵਾਰੀ ਹਰ ਪਿੱਛੇ ਕਰ ਰਹੇ ਸਰ ਮੈਂ ਮਹਾਰਾਜ ਵਰਿੰਦਰ ਇੱਕ ਵਾਰੀ ਤੁਲਸੀ ਭਾਈ ਤੁਲਸੀ ਭਾਈ ਹਾਂਜੀ ਪਿੱਛੇ ਕਰ ਰਹੇ ਮਾਈਕ ਮੰਤਰੀ ਵਰਿੰਦਰ ਭਗਵੰਤ ਮਾਨ ਦੇ ਪੰਜਾਬ ਦੇ ਸਕੂਲਾਂ ਦੀ ਚਰਚਾ ਪੂਰੀ ਦੁਨੀਆ ਦੇ ਵਿੱਚ ਹੋ ਰਹੀ ਹੈ ਤੇ ਹੁਣ ਜਿਹੜਾ ਸਰਵੇ ਆਇਆ ਉਸਦੇ ਨਾਲ ਦੱਸਾਂ ਕਿ ਪੰਜਾਬ ਦੀ ਸਿੱਖਿਆ ਸਭ ਤੋਂ ਉੱਪਰ ਹੈਗੀ ਜਿਹੜੇ ਆਂਕੜੇ ਆਏ ਨੇ ਹਾਲਾਂਕਿ ਦਿੱਲੀ ਜਬਰ ਉਹਦੇ ਵਿੱਚ ਪਿਛੜ ਗਿਆ ਲੇਕਿਨ ਇਸੇ ਦੇ ਕਾਰਨ ਜਿਹੜਾ ਪੰਜਾਬ ਸਰਕਾਰ ਵੱਲੋਂ ਇਸ ਮੁੱਦੇ ਦੇ ਉੱਤੇ ਇੱਕ ਵਾਰ ਵੀ ਜਿਹੜੇ ਮੁਬਾਰਕ ਹੈ ਜਿਹੜਾ ਉਹਨੇ ਦਿੱਤੀ ਹੈ मुबारक लेके पहुंचे मुख्यमंत्री की आवाज मुबारक लेके पहुंचे ने ताकि मुख्यमंत्री जिहड़े अध्यापकां नूं टीचरां नूं जिहड़े ओह मुबारक देण करन।